दोस्तों इस वेले मेरे नाल भारतीय किसान यूनियन उगराहां दे प्रधान सरदार जोगिंदर सिंह उगराहां साहब मौजूद ने। उगराहां साहब स्वागत है थोड़ा लोक रण ते जी। धन्यवाद जी, धन्यवाद जी। उगराहां साहब, जीरा फैक्टरी विवाद वाधा नजर आ रहा, थोड़ी जथेबंदी भी लगातार उत्थे किसानां दा साथ दे रही है, किवें देख रहे हो इस मसले नूं? ਦੇਖੋ, ਜੀਰਾ ਫੈਕਟਰੀ ਬਾਰੇ ਅਸੀਂ ਮੁੱਖ ਮੰਤਰੀ ਨਾਲ ਪਹਿਲਾਂ ਜਿਹੜੀ ਮੀਟਿੰਗ ਲਾਈ ਸੀ, ਸਾਡਾ ਜਿਹੜਾ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਧਰਨਾ ਰੱਖਿਆ ਸੀ, ਉਹਨਾਂ ਮੰਗਾਂ ਦੇ ਵਿੱਚ ਸਾਡੀ ਮੰਗ ਰੱਖੀ ਹੋਈ ਸੀ, ਉਹ ਮਸਲੇ ਨੂੰ ਹੱਲ ਕਰੋ। ਪ੍ਰਦੂਸ਼ਣ ਦਾ ਮਸਲਾ ਹੈ, ਇਲਾਕੇ ਦੇ ਲੋਕ ਬਹੁਤ ਔਖੇ ਆ, ਉਹਨਾਂ ਦੀ ਗੱਲ ਸੁਣੋ, ਉਹਨਾਂ ਦਾ ਮਸਲਾ ਛੇਤੀ ਹੱਲ ਕਰੋ। ਉਹਨਾਂ ਨੇ ਵਿਸ਼ਵਾਸ ਦਵਾਇਆ ਸੀ ਵੀ ਇਹਨੂੰ ਬਹੁਤ ਛੇਤੀ ਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਕੀਤਾ ਜਾਊਗਾ ਫੈਸਲਾ। ਜਿਹੜੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਨੇ ਕਲੀਅਰ ਪਰਚੀ ਦਿੱਤੀ ਸੀ ਉਹਨਾਂ ਨੂੰ, ਪ੍ਰਦੂਸ਼ਣ ਇੱਥੇ ਹੈ ਨੀ ਜੀ, ਕੋਈ ਕਿਸੇ ਕਿਸਮ ਦੀ ਗੱਲ ਨੀ, ਵੀ ਇਹ ਜਮਾ ਗਲਤ ਹੈ। ਭਗਵੰਤ ਮਾਨ ਨੇ ਪ੍ਰਵਾਨ ਕੀਤਾ ਸੀ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿੱਚੋਂ ਕੰਟਰੋਲ ਕੱਟ ਦੋ, ਪ੍ਰਦੂਸ਼ਣ ਬੋਰਡ ਰਹਿ ਗਿਆ। ਤੇ ਫਿਰ ਵੀ ਪਤਾ ਨੀ ਕਿਉਂ ਸਰਕਾਰ ਕਿਉਂ ਇੰਨੀ ਵਿਸਲੀ ਹੋਈ ਹੈ ਕਿ ਕੋਰਟ ਤੱਕ ਚਲਾ ਗਿਆ ਅਗਲਾ, ਤੇ ਕੋਰਟ ਦੇ ਵਿੱਚ ਆਉਂਦੇ ਆ ਕੇ ਆਪਣੀ ਰਿਟ ਦਾਇਰ ਕਰਤੀ ਤੇ ਉਧਰੋਂ ਹੁਕਮ ਚਾੜਤੇ ਵੀ ਇਹ ਖਾਲੀ ਕਰਾਓ। ਇੱਧਰ ਨੂੰ ਸਰਕਾਰ ਜਬਲ ਤੇ ਤੁਲੀ ਹੋਈ ਹੈ, ਸਗੋਂ ਜੁਰਮਾਨਾ ਵੀ ਭਰਤਾ ਕਹਿੰਦੇ ਜੀ ਅਸੀਂ। ਇਹ ਤੇ ਕਿਉਂ ਮਸਲਾ ਨੀ ਹੱਲ ਕੀਤਾ ਜਾ ਰਿਹਾ ਸਮਝ ਨੀ ਆ ਰਹੀ। ਪ੍ਰਦੂਸ਼ਣ ਦਾ ਸਰੇਆਮ ਲੋਕਾਂ ਨੂੰ ਦਿਖ ਰਿਹਾ ਹੈ। ਇੱਕ ਤਾਂ ਹੁੰਦਾ ਲੈਬੋਰਟਰੀ ਟੈਸਟਿੰਗ, ਹੁੰਦਾ ਫਿਜੀਕਲੀ ਜੀ, ਫਿਜੀਕਲੀ ਲੋਕਾਂ ਨੂੰ ਦਿਖ ਰਿਹਾ ਵੀ ਬਹੁਤ ਗੰਦਾ ਪਾਣੀ ਹੈ ਤੇ ਬਹੁਤ ਪੀਣ ਯੋਗ ਪਾਣੀ ਨੀ ਹੈ, ਪ੍ਰਦੂਸ਼ਣ ਹੋ ਰਿਹਾ ਹੈ। ਲੋਕਾਂ ਦੀ ਐਡੀ ਬੜੀ ਮੰਗ ਹੈ, 6 ਮਹੀਨੇ ਤੋਂ ਬੈਠੇ ਨੇ, ਹੱਲ ਨੀ ਕਰ ਰਹੇ, ਪਤਾ ਨੀ ਕਿਉਂ ਜੀ। ਉਗਰਾਹ ਸਾਹਿਬ, ਸਰਕਾਰ ਤਾਂ ਜਸਟੀਫਾਈ ਕਰ ਰਹੀ ਹੈ ਫੈਕਟਰੀ ਨੂੰ, ਜਿਵੇਂ ਅਮਨ ਅਰੋੜਾ ਸਾਹਿਬ ਦੀ ਸਟੇਟਮੈਂਟ ਹੈਗੀ ਹੈ, ਉਹ ਕਹਿੰਦੇ ਕਿ ਧਰਨਾ ਗੈਰ ਕਾਨੂੰਨੀ ਹੈ, ਇਦਾਂ ਦਾ ਉੱਥੇ ਕੁਛ ਨਹੀਂ ਹੈਗਾ। ਤੇ ਇਹ ਕੀ ਗੱਲ ਹੋਈ ਵੀ ਜਿਹੜਾ ਇਹ ਅਮਨ ਅਰੋੜਾ ਕਹਿ ਰਿਹਾ ਵੀ ਗੈਰ ਕਾਨੂੰਨੀ, ਧਰਨਾ ਗੈਰ ਕਾਨੂੰਨੀ ਕਿਵੇਂ ਹੁੰਦਾ? ਤੁਸੀਂ ਧਰਨੇ ਨਾਲ ਹੀ ਬਣੇ ਹੋ, ਜੇ ਇੰਨੇ ਹਜ਼ਾਰਾਂ ਨੇ ਧਰਨਾ ਲਿਆ, ਤੁਹਾਡੀ ਆਪ ਪੈਦਾ ਹੋਈ, ਤੁਸੀਂ ਧਰਨੇ ਦੇ ਵਿੱਚੋਂ ਨਿਕਲੇ ਹੋਏ ਹੋ, ਤੁਸੀਂ ਧਰਨੇ ਨੂੰ ਅੱਜ ਨਜਾਇਜ਼ ਕਹਿਣ ਲੱਗੇ ਕਿਉਂਕਿ ਹੁਣ ਤੁਸੀਂ ਸੱਤਾ ਹਾਸਲ ਕਰ ਲਈ ਜੀ। ਤੁਸੀਂ ਇਹ ਲੋਕਾਂ ਦੀ ਹਿੱਤ ਨੀ ਦੇਖ ਰਹੇ। ਉੱਥੇ ਧਰਨਾ ਕਿਹੜੀ ਗੱਲ ਤੋਂ ਲੱਗਿਆ ਹੋਇਆ? ਇਸ ਗੱਲ ਦੇ ਪਿੱਛੇ ਕੋਈ ਪੋਲੀਟੀਕਲ ਚਾਲ ਹੈ? ਸਧਾਰਨ ਲੋਕ ਨੇ ਜਿਨ੍ਹਾਂ ਦਾ ਕੋਈ ਪੋਲੀਟੀਕਲ ਹਿੱਤ ਨਹੀਂ, ਤੁਸੀਂ ਉਹਨਾਂ ਲੋਕਾਂ ਦੇ ਧਰਨਿਆਂ ਨੂੰ ਗੈਰ ਕਾਨੂੰਨੀ ਕਹੀ ਜਾਂਦੇ ਹੋ? ਘਰੇ ਬੈਠੇ ਹੀ ਪਤਾ ਹੈ ਨੀ ਕਿਸੇ ਗੱਲ ਦਾ ਜੀ। ਉਗਰਾਹ ਸਾਹਿਬ, ਜਿਵੇਂ ਕਹਿੰਦੇ ਕਿ ਉੱਥੇ ਜਿਹੜੀ ਕਮੇਟੀ ਬਣੀ ਹੋਈ ਹੈ, ਉਸ ਨੂੰ ਉਹਦੀ ਉਸ ਕਮੇਟੀ ਦੀ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ, ਸਰਕਾਰ ਨੇ ਕਹਿੰਦੇ ਕਿ ਹਾਮੀ ਭਰਤੀ ਸੀ ਕਿ ਅਸੀਂ ਸਾਫ਼ ਪੀਣ ਵਾਲਾ ਜਿਹੜਾ ਪਾਣੀ ਹੈ ਉਸ ਦਾ ਪ੍ਰਬੰਧ ਕਰਕੇ ਦੇਵਾਂਗੇ, ਕਹਿੰਦੇ ਉਸ ਤੋਂ ਬਾਅਦ ਵੀ ਫਿਰ ਗੱਲ ਬਣੀ ਨਹੀਂ ਹੈ। ਉਸ ਕਮੇਟੀ ਦੇ ਵਿੱਚ ਸਾਡੇ ਦੋ ਨੁਮਾਇੰਦੇ ਸੀ ਹਾਜ਼ਰ, ਉਹਨਾਂ ਨੇ ਸਾਰੀਆਂ ਗੱਲਾਂ ਤਸੱਲੀ ਕਰਾਈ ਸੀ ਵੀ ਕਿਸੇ ਕਿਸਮ ਦਾ ਧੱਕਾ ਨਹੀਂ ਹੋਊਗਾ ਲੋਕਾਂ ਦੇ ਨਾਲ, ਤੇ ਕਿਸੇ ਕਿਸਮ ਦਾ ਜ਼ਬਰ ਨਹੀਂ ਕਰਾਂਗੇ, ਲੋਕਾਂ ਦੇ ਹਿਸਾਬ ਮੁਤਾਬਕ ਫੈਸਲਾ ਹੋਊਗਾ। ਪਰ ਹੋਇਆ ਉਲਟਾ, ਅਗਲੇ ਦਿਨ ਖੇਤੀਬਾੜੀ ਮੰਤਰੀ ਕਿਹਾ ਤੇ ਤੀਜੇ ਦਿਨ ਅਟੈਕ ਹੋ ਕੇ ਉਹ ਧਰਨਾ ਚੁਕਾਉਣ ਦੀ ਕੋਸ਼ਿਸ਼ ਜੀ। ਸਰਕਾਰ ਇਸ ਗੱਲ ਨੂੰ ਗੁਰਾਂ ਸਾਹਿਬ ਇੱਦਾਂ ਲੈ ਰਹੀ ਹੈ, ਸਰਕਾਰ ਕਹਿੰਦੀ ਕਿ ਸਾਡਾ ਤਾਂ ਜਿਹੜੀ ਕਮੇਟੀ ਬਣੀ ਹੋਈ ਸੀ ਉਹਦੇ ਨਾਲ ਨਿਬੜ ਜਾਣਾ ਸੀ, ਕੁਛ ਅਜਿਹੇ ਲੋਕ ਆ ਗਏ ਵਿੱਚ ਜਿਹੜਾ ਨਿਬੜ ਨਹੀਂ ਦੇਣਾ ਚਾਹੁੰਦੇ ਇਸ ਮਸਲੇ ਨੂੰ, ਸਰਕਾਰ ਦੀ ਆਹ ਬਿਆਨਬਾਜ਼ੀ। ਇਹ ਹੁਣ ਸੰਕੇਤ ਪਤਾ ਨੀ ਕਿੱਧਰ ਨਾ, ਵੀ ਅਜਿਹੇ ਲੋਕ ਆ ਗਏ, ਕਿਹੜੇ ਲੋਕ ਆ ਗਏ, ਉਹ ਸਾਫ ਤਾਂ ਕਰਨ ਵੀ ਕਿਹੜੇ ਲੋਕ ਆ ਗਏ, ਉਹਨਾਂ ਨੂੰ ਹਟਾ ਦਿੰਦੇ ਆ, ਉਹਨਾਂ ਨੂੰ ਪਾਸੇ ਕਰ ਦਿੰਦੇ ਆ, ਤੁਸੀਂ ਨਿਬੇੜ ਲਓ ਲੋਕਾਂ ਨਾਲ ਜੀ। ਜੇ ਤਾਂ ਉਹਨਾਂ ਦਾ ਸੰਕੇਤ ਇਹ ਹੈ ਵੀ ਆਹ ਜਿਹੜੀਆਂ ਜਥੇਬੰਦੀਆਂ ਆ ਗਈਆਂ ਇਹ ਨਾ ਆਉਂਦੀਆਂ ਸੀ ਤਾਂ ਪਿੰਡਾਂ ਦੇ ਲੋਕਾਂ ਨਾਲ ਨਿਬੇੜ ਲੈਂਦੇ, ਤੁਸੀਂ ਪਿੰਡਾਂ ਦੇ ਲੋਕਾਂ ਤੋਂ ਜੈਸ ਘਾ ਲਓ, ਸਾਡਾ ਕੀ ਰੌਲਾ? ਜੇ ਉਹ ਕਹਿੰਦੇ ਨੇ ਵੀ ਸਾਡਾ ਪਾਣੀ ਸਾਫ਼ ਹੈ, ਸਾਡਾ ਮਸਲਾ ਹੱਲ ਕਰਦੀ ਹੈ ਸਰਕਾਰ, ਜਿਹੜੇ ਬਾਹਰਲੇ ਲੋਕ ਨੇ ਉਹਨਾਂ ਦਾ ਤਾਂ ਕੋਈ ਰੌਲਾ ਨੀ। ਅਸੀਂ ਤਾਂ ਪਹਿਲਾਂ ਸੰਘਰਸ਼ ਦੇ ਵਿੱਚ ਕਿਹਾ ਹੋਇਆ ਹੈ ਵੀ ਜਿਹੜੀ ਉੱਥੇ ਅਗਵਾਈ ਕਰਦੀ ਟੀਮ ਹੈ ਭੋਲ ਦੀ, ਉਹ ਲੋਕਲ ਹੈ, ਉਹ ਲੋਕਲ ਆਪਦੇ ਫੈਸਲੇ ਜਿਵੇਂ ਫੈਸਲਾ ਕਰਨ ਦਾ ਅਧਿਕਾਰ ਉਹਨਾਂ ਕੋਲ, ਜਿਹੜਾ ਫੈਸਲਾ ਕਰ ਲੈਣਗੇ ਸਾਨੂੰ ਪ੍ਰਵਾਨ ਹੈ, ਇਹ ਸਰਕਾਰ ਉਹਨਾਂ ਨੂੰ ਮਨਾ ਲੈ, ਦੂਜਾ ਤੋਂ ਕੀ ਲੈਣਾ ਉਹਨਾਂ ਨੇ ਜੀ। ਉਗਰਾਹ ਸਾਹਿਬ, ਐਡਾ ਵੱਡਾ ਸੰਜੀਦਾ ਮਸਲਾ ਇਹ, ਪਰ ਪੰਜਾਬ ਦੇ ਸੀਐਮ ਸਟੇਟ ਤੋਂ ਬਾਹਰ ਨੇ, ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਸੀਐਮ ਦਾ ਬਾਹਰ ਜਾਣਾ ਜਾਂ ਬਾਹਰ ਸਟੇਟ ਦੇ ਅੰਦਰ ਰਹਿਣਾ, ਇਹ ਤਾਂ ਉਹਨਾਂ ਦਾ ਪਰਸਨਲ ਕੰਮ ਹੈ ਜਾਂ ਆਫੀਸ਼ੀਅਲੀ ਕੰਮ ਹੈ, ਕਿਸ ਕਰਕੇ ਗਏ ਨੇ, ਸਾਡਾ ਇਸ ਗੱਲ ਤੇ ਤਾਂ ਕੋਈ ਇਤਰਾਜ਼ ਨੀ। ਪਰ ਉਹ ਜਿੱਥੇ ਵੀ ਬੈਠੇ ਉੱਥੋਂ ਆਪਦੇ ਅਧਿਕਾਰੀਆਂ ਨੂੰ, ਹੋਰ ਦੂਜੇ ਮੰਤਰੀ ਨੂੰ ਸੁਨੇਹਾ ਤਾਂ ਘੱਲ ਸਕਦੇ ਨੇ ਵੀ ਭਾਈ ਛੇਤੀ ਨਿਬੇੜੋ ਇਹਨਾਂ ਦਾ। ਤੇ ਜਿਵੇਂ ਉੱਥੇ ਪੁਲਿਸ ਲਾ ਕੇ ਜਿਸ ਤਰ੍ਹਾਂ ਜਿਹੜੇ ਛੋਟੇ ਛੋਟੇ ਜਿਹੜੇ ਸਟੈਪ ਸੀ ਜਿੱਥੇ ਕਿਸਾਨ ਬੈਠੇ ਸੀ ਉਹਨਾਂ ਨੂੰ ਪਿੱਛੇ ਕਰਤਾ ਗਿਆ, ਘੱਟੋ ਘੱਟ ਹਜ਼ਾਰਾਂ ਪੁਲਿਸ ਵਾਲਾ ਉੱਥੇ ਲਾਇਆ ਗਿਆ, ਤੇ ਹੁਣ ਉੱਥੋਂ ਦੇ ਹਾਲਾਤ ਕਿਵੇਂ ਨੇ? ਕਿ ਹੁਣ ਵੀ ਉਦਾਂ ਹੀ ਪੁਲਿਸ ਐਕਸ਼ਨ ਮੋਡ ਦੇ ਵਿੱਚ? ਇਹ ਤੁਹਾਡੇ ਕੋਲ ਕੋਈ ਗਲਤ ਰਿਪੋਰਟ ਹੈ ਕਿ ਪਿੱਛੇ ਕਰ ਦਿੱਤਾ ਗਿਆ? ਬਿਲਕੁਲ, ਗੇਟ ਦੇ ਉੱਤੇ ਜਿੱਥੇ ਧਰਨਾ ਲੱਗਿਆ ਸੀ ਉੱਥੇ ਸਾਡੇ ਬੰਦੇ ਬੈਠੇ ਨੇ, ਰਾਤ ਸਾਡੀ ਜਥੇਬੰਦੀ ਤੱਕ ਲਗਭਗ 400 ਬੰਦਾ ਉੱਥੇ ਸੀ ਜੀ। ਤੇ ਉਗਰਾਹ ਸਾਹਿਬ, ਇੱਕ ਜਾਣ ਤੋਂ ਜ਼ਰੂਰ ਰੋਕਿਆ ਜਾ ਰਿਹਾ, ਜਿੱਥੇ ਜਿਹੜਾ ਫੈਕਟਰੀ ਦਾ ਮੇਨ ਗੇਟ ਹੈਗਾ ਉੱਥੇ ਧਰਨਾ ਲੱਗਿਆ ਹੋਇਆ, ਉੱਥੇ ਪੁਲਿਸ ਵੱਲੋਂ ਪਹਿਲਾਂ ਜਾਣ ਤੋਂ ਰੋਕਿਆ ਜਾ ਰਿਹਾ ਸੀ, ਹੁਣ ਉੱਥੇ ਕਿੱਦਾਂ ਦੇ ਹਾਲਾਤ ਨੇ? ਜਾਣ ਤੋਂ ਰੋਕਿਆ? ਜਾਣ ਤੋਂ ਦੇਖੋ, ਦੋ ਦਿਨ ਉੱਥੇ ਟਕਰਾਅ ਹੁੰਦਾ ਰਿਹਾ, 3 ਦਿਨ, ਤੀਜੇ ਦਿਨ ਫਿਰ ਸਾਡੀ ਜਥੇਬੰਦੀ ਗਈ ਆ ਉੱਥੇ, 3 ਦਿਨਾਂ ਤੋਂ ਲਗਾਤਾਰ ਟਕਰਾਅ ਵਾਲੇ ਦਿਨ ਤੋਂ ਅਸੀਂ ਉੱਥੇ ਜਾ ਰਹੇ ਹਾਂ।
ਉਹ ਕੱਲ ਵੈਸੇ ਉਹਨਾਂ ਨੇ ਇੱਕ ਵਾਰੀ ਕੋਸ਼ਿਸ਼ ਕੀਤੀ ਰੋਕਣ ਦੀ, ਪਰ ਦੁਬਾਰਾ ਜਦੋਂ ਗੱਲਬਾਤ ਕੀਤੀ ਵੀ ਅਸੀਂ ਆਰਾਮ ਤੇ ਜਾਣਾ, ਸਾਡਾ ਰਾਹ ਦਿਓ, ਫਿਰ ਉਹਨੇ ਰਾਹ ਦਿੱਤਾ। ਜੀ ਉਗਰਾਹ ਸਾਹਿਬ, ਜੇਕਰ ਇਦਾਂ ਹੀ ਚੱਲਦਾ ਰਿਹਾ, ਸਰਕਾਰ ਕੋਈ ਸੁਣਵਾਈ ਨਹੀਂ ਕਰਦੀ, ਫਿਰ ਕੀ ਅੱਗੇ ਕੋਈ ਪਲਾਨ ਬਣਾਇਆ ਗਿਆ ਕਿ ਇਸ ਤਰੀਕੇ ਦੇ ਨਾਲ ਗੱਲ ਅੱਗੇ ਰੱਖੀ ਦੇਖੋ ਜਾਵੇਗੀ? ਪਲਾਨ ਪਲਾਨ ਬਣਾਉਣਾ ਉਹਨਾਂ ਨੇ, ਜਿਹੜੀ ਅਗਵਾਈ ਕਰਦੀ ਟੀਮ ਹੈ, ਅਸੀਂ ਸੰਘਰਸ਼ ਦੀ ਲਗਾਤਾਰ ਹਮਾਇਤ ਤੇ ਹਾਂ। ਸਾਡਾ ਇੱਕ ਜ਼ਿਲ੍ਹਾ ਹਰ ਰੋਜ਼ ਜਾਂਦਾ ਹੈ, ਤੇ ਉਹਨਾਂ ਚਿਰ ਤੱਕ ਜਾਂਦਾ ਰਹੂਗਾ ਜਿੰਨਾ ਚਿਰ ਮਸਲੇ ਹੱਲ। ਜੀ ਉਗਰਾਹ ਸਾਹਿਬ, ਇੱਕ ਆਖਰੀ ਸਵਾਲ, ਜਿਵੇਂ ਫੈਕਟਰੀ ਦੀ ਅਥਾਰਟੀ ਵੱਲੋਂ ਵੀ ਕਿਹਾ ਗਿਆ ਤੇ ਉਸ ਗੱਲ ਨੂੰ ਸਰਕਾਰ ਆਧਾਰ ਬਣਾ ਰਹੀ ਹੈ ਕਿ ਅੰਦਰ ਇਹੋ ਜਿਹਾ ਫੈਕਟਰੀ ਦੇ ਕੁਛ ਵੀ ਨਹੀਂ ਹੈਗਾ, ਦੂਜੇ ਪਾਸੇ ਇੱਕ ਗੱਲ ਨਾਲ ਦੀ ਨਾਲ ਇਹ ਵੀ ਚੱਲਦੀ ਹੈ ਕਿ ਬੜੇ ਖਤਰਨਾਕ ਕੈਮੀਕਲਸ ਨੇ ਜਿਹੜੇ ਵਰਤੇ ਜਾ ਰਹੇ ਨੇ ਉਸ ਫੈਕਟਰੀ ਦੇ ਵਿੱਚ। ਸੱਚ, ਇਹ ਗੱਲ ਸੱਚ ਹੈ ਜਿਹੜੀ ਤੁਸੀਂ ਕਹੀ ਆ ਪਿੱਛੋਂ ਵੀ ਕੈਮੀਕਲ ਉਹਦੇ ਵਿੱਚ ਖਤਰਨਾਕ ਨੇ ਜਿਹੜੇ ਵਰਤੇ ਜਾ ਰਹੇ ਨੇ। ਅੱਜ ਤੱਕ ਤੁਸੀਂ ਦੱਸੋ ਵੀ ਕਿੰਨੇ ਵਿੱਚ, ਜਦੋਂ ਪਬਲਿਕ ਸੈਕਟਰ ਦਾ ਕਾਰਪੋਰੇਟ ਦੇ ਨਾਲ ਕੋਈ ਝਗੜਾ ਹੁੰਦਾ, ਜਦੋਂ ਉਹ ਕੋਰਟ ਦੇ ਵਿੱਚ ਜਾਂਦਾ, ਕੋਰਟ ਕਾਰਪੋਰੇਟ ਵਾਲੇ ਪਾਸੇ ਖੜਾ ਹੁੰਦਾ ਹਮੇਸ਼ਾ, ਕਿਉਂਕਿ ਉਹਦੇ ਕੋਲ ਐਵੀਡੈਂਸ ਹੁੰਦੇ ਨੇ, ਐਵੀਡੈਂਸ ਦੇ ਆਧਾਰ ਤੇ ਕੋਰਟ ਨੇ ਫੈਸਲਾ ਕਰਨਾ। ਐਵੀਡੈਂਸ ਕਾਗਜ਼ਾਂ 'ਚ ਹੁੰਦੇ ਨੇ, ਕਾਗਜ਼ ਕਿਵੇਂ ਤਿਆਰ ਕਰਨੇ ਨੇ, ਇਹ ਜਿਹੜੇ ਅਦਾਰੇ ਹੁੰਦੇ ਨੇ ਉਹਨਾਂ ਨੇ, ਜਿਵੇਂ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਕਲੀਅਰ ਪਰਚੀ ਲੈ ਲਈ, ਤਾਂ ਉਹਦੇ ਕੋਰਟ ਨੇ ਤਾਂ ਕਹਿਣਾ ਪਾਣੀ ਸਾਫ਼ ਹੈ, ਕੋਰਟ ਨੇ ਕਿਹੜਾ ਪਾਣੀ ਦੇਖਣ ਆਉਣਾ ਜਾਂ ਪੀਣ ਆਉਣਾ। ਜੀ ਇਸ ਕਰਕੇ ਇਹ ਕਾਰਪੋਰੇਟ ਦੇ ਇਹ ਫੈਸਲੇ ਗਲਤ ਹੋਏ ਨੇ, ਇਹਨੂੰ ਸਰਕਾਰ ਦੁਆਰੇ ਵਿਚਾਰੇ ਤੇ ਉਹਨਾਂ ਨੇ ਲੋਕਾਂ ਦਾ ਮਸਲਾ ਹੱਲ ਕਰਨਾ ਚਾਹੀਦਾ। ਉਗਰਾਹ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਸੀਂ ਲੋਕ ਰਹਿਣ ਤੇ, ਧੰਨਵਾਦ ਜੀ। ਸੋ ਦੋਸਤੋ, ਇਹ ਸਨ ਸਾਡੇ ਨਾਲ ਜੁੜੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਉਗਰਾਹ। ਉਗਰਾਹ ਸਾਹਿਬ ਤੋਂ ਅਸੀਂ ਇਹ ਸਾਰਾ ਮਾਸ ਜਿਹੜਾ ਸੋ ਦੋਸਤੋ, ਇਹ ਸਨ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹ ਸਾਹਿਬ, ਜਿਹਨਾਂ ਤੋਂ ਅਸੀਂ ਗੱਲਬਾਤ ਕੀਤੀ ਕਿ ਹੁਣ ਉੱਥੋਂ ਦੇ ਕਿੱਦਾਂ ਦੇ ਹਾਲਾਤ ਨੇ, ਜੇਕਰ ਨਹੀਂ ਕੋਈ ਸੁਣਵਾਈ ਹੁੰਦੀ ਫਿਰ ਆਖਿਰ ਪੰਜਾਬ ਸਰਕਾਰ ਇਹਦੇ 'ਚ ਕੀ ਕਰੂਗੀ, ਅਤੇ ਦੂਜੇ ਪਾਸੇ ਉਗਰਾਹਾਂ ਜਥੇਬੰਦੀ ਤਮਾਮ ਜਿਹੜੀਆਂ ਜਥੇਬੰਦੀਆਂ ਉੱਥੇ ਇਕੱਠੀਆਂ ਹੋ ਕੇ ਬੈਠੀਆਂ ਨੇ, ਹੋਗੇ ਕੀ ਕਰਨਗੇ, ਧੱਕੇ ਨਾਲ ਧਰਨਾ ਚੁੱਕਿਆ ਜਾਊਗਾ, ਜਿਹੜੀ ਗੱਲ ਇੰਨੀ ਆਸਾਨ ਨਹੀਂ ਹੈਗੀ। ਹਾਈ ਕੋਰਟ 'ਚ ਲਗਾਤਾਰ ਕਮੈਂਟਰੀ ਆ ਰਹੀ ਹੈ ਇਹਦੇ 'ਤੇ, ਕਿਸਾਨ ਜਥੇਬੰਦੀਆਂ ਡਟੇ ਹੋਈਆਂ ਨੇ, ਪੰਜਾਬ ਦੇ ਲੋਕ ਡਟੇ ਹੋਏ ਨੇ, ਨਵੀਆਂ ਕਮੇਟੀਆਂ ਬਣਾਉਣ ਦੀ ਗੱਲ ਚੱਲਦੀ ਹੈ। ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਕਮੇਟੀ ਬਣਾ ਦਿੰਦੇ ਹਾਂ, ਤੁਸੀਂ ਧਰਨਾ ਚੁੱਕ ਲਓ, ਪਰ ਪੰਜਾਬ ਦੇ ਲੋਕ ਜਿਹੜੇ ਉੱਥੇ ਬੈਠੇ ਨੇ ਉਹ ਲੋਕ ਕਹਿੰਦੇ ਨੇ ਕਿ ਜਿਹੜੀ ਕਮੇਟੀ ਬਣਾਉਣੀ ਹੈ ਤੁਸੀਂ ਪਹਿਲਾਂ ਕਮੇਟੀ ਬਣਾਓ, ਜਿੰਨੀਆਂ ਤੁਹਾਡੀਆਂ ਪਹਿਲਾਂ ਕਮੇਟੀ ਬਣੀਆਂ ਉਹਨਾਂ ਦੀ ਜਿਹੜੀ ਰਿਪੋਰਟ ਸੀ ਉਹ ਰਿਪੋਰਟਸ ਜਿਹੜੀ ਫੈਕਟਰੀ ਦੀ ਅਥਾਰਟੀ ਹੈ ਉਹਨਾਂ ਦੇ ਹੱਕ ਦੇ ਵਿੱਚ ਭੁਗਤੀ ਹੋਈ ਨਜ਼ਰ ਆਈ। ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਜਿਹੜੇ ਹਾਲਾਤ ਬਣੇ ਹੋਏ ਨੇ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਟਕਰਾਅ ਦੀ ਸਥਿਤੀ ਹੈ ਉਹ ਵੀ ਬਣਦੀ ਹੋਈ ਆਪਾਂ ਨੂੰ ਪਿਛਲੇ 2 ਦਿਨਾਂ ਤੋਂ ਨਜ਼ਰ ਆਈ ਕਿ ਕਿਉਂਕਿ ਜਿਵੇਂ ਉੱਥੋਂ ਸਭ ਤੋਂ ਪਹਿਲਾਂ ਪੁਲਿਸ ਦਾ ਐਕਸ਼ਨ ਹੁੰਦਾ, ਪ੍ਰਸ਼ਾਸਨ ਦਾ ਐਕਸ਼ਨ ਹੁੰਦਾ, ਉਸ ਤੋਂ ਬਾਅਦ ਤਮਾਮ ਜਿਹੜੀਆਂ ਵੱਡੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਨੇ ਉਹ ਇਕੱਠੀਆਂ ਹੋ ਕੇ ਉੱਥੇ ਧਰਨੇ ਦੇ ਜਿਹੜੇ ਲੋਕ ਬੈਠੇ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਪਹੁੰਚਦੀਆਂ ਨੇ, ਜਿਹਦੇ 'ਚ ਡੱਲੇਵਾਲ ਯੂਨੀਅਨ ਪਹੁੰਚਦੀ ਹੈ, ਕਿਰਤੀ ਕਿਸਾਨ ਯੂਨੀਅਨ ਪਹੁੰਚਦੀ ਹੈ, ਅਤੇ ਕ੍ਰਾਂਤੀਕਾਰੀ ਯੂਨੀਅਨ ਪਹੁੰਚਦੀ ਹੈ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪਹੁੰਚਦੀ ਹੈ, ਉਗਰਾਹਾਂ ਯੂਨੀਅਨ ਪਹੁੰਚਦੀ ਹੈ, ਇਸ ਤੋਂ ਇਲਾਵਾ ਹੋਰ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹ ਵੀ ਜਾ ਕੇ ਨਾਲ ਉੱਥੇ ਸਪੋਰਟ ਦੇ ਵਿੱਚ ਬਹਿੰਦੇ ਨੇ ਕਿਸਾਨਾਂ ਦੇ। ਤਾਂ ਸੋ ਇੱਕ ਪੰਜਾਬ ਦਾ ਜਿਹੜਾ ਇਹ ਵੱਡਾ ਮਸਲਾ ਜਿਹਨੂੰ ਆਪਾਂ ਦੇਖ ਸਕਦੇ ਹਾਂ ਕਿ ਇਨਵਾਇਰਮੈਂਟ ਦਾ ਇਹ ਮਸਲਾ ਲੋਕਾਂ ਦੀ ਸਿਹਤ ਦਾ ਮਸਲਾ, ਭਾਵੇਂ ਇਸ ਨੂੰ ਬੇਸ਼ੱਕ ਸਰਕਾਰਾਂ ਵੱਲੋਂ ਜਾਂ ਹੋਰ ਲੋਕਾਂ ਵੱਲੋਂ ਰਾਜਨੀਤਿਕ ਮਾਮਲਾ ਸਮਝ ਕੇ ਇਸ ਨੂੰ ਡੀਲ ਕੀਤਾ ਜਾ ਰਿਹਾ ਹੋਵੇ ਜਾਂ ਜੋੜਿਆ ਜਾ ਰਿਹਾ ਹੋਵੇ ਪੋਲੀਟੀਕਲ ਲਿੰਕਸ ਦੇ ਨਾਲ ਇਹਨੂੰ, ਪਰ ਇੱਕ ਗੱਲ ਤਾਂ ਇਹਦੇ 'ਚ ਸੱਚ ਹੈਗੀ ਹੈ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਤਾਂ ਹੋ ਰਿਹਾ। ਉਸ 35 ਤੋਂ 40 ਪਿੰਡਾਂ ਦੇ ਜਿਹੜੇ ਲੋਕ ਨੇ ਉਹ ਲੋਕ ਉਸ ਗੰਦਲੇ ਪਾਣੀ ਦੀ ਮਾਰ ਦੇ ਹੇਠ ਹੈਗੇ ਨੇ, ਉਹ ਬਿਮਾਰੀਆਂ ਦੀ ਮਾਰ ਦੇ ਹੇਠ ਹੈਗੇ ਨੇ, ਕੈਂਸਰ ਦੀ ਮਾਰ ਦੀ ਹੇਠ ਹੈਗੇ ਨੇ, ਇਸ ਗੱਲ ਤੋਂ ਤਾਂ ਭੱਜਿਆ ਨਹੀਂ ਜਾ ਸਕਦਾ। ਬੇਸ਼ੱਕ ਸਰਕਾਰ ਇਸ ਨੂੰ ਆਪਣੇ ਤਰੀਕੇ ਨਾਲ ਹੈਂਡਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਜਿਹੜਾ ਸਭ ਤੋਂ ਵੱਡਾ ਇਸ਼ੂ ਹੈਗਾ ਕਿ ਉੱਥੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ, ਉਸ ਇਸ਼ੂ ਨੂੰ ਉਸ ਗੰਭੀਰ ਮਾਮਲੇ ਨੂੰ ਅੱਖਾਂ ਤੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਬੇਸ਼ੱਕ ਸਰਕਾਰ ਆਪਣੇ ਪੱਧਰ ਉੱਤੇ ਇਸ ਮਾਮਲੇ ਨੂੰ ਹੈਂਡਲ ਕਰ ਲਏ, ਦੂਜੇ ਪਾਸੇ ਬੇਸ਼ੱਕ ਇਹ ਧਰਨਾ ਲੰਬਾ ਚੱਲ ਜਾਏ, ਕਿਸੇ ਤਰ੍ਹਾਂ ਦਾ ਉੱਥੇ ਤਸ਼ੱਦਦ ਹੋ ਜਾਏ ਜਾਂ ਬਹਿ ਕੇ ਟੇਬਲ ਟਾਕ ਦੇ ਰਾਹੀਂ ਇਹ ਮਸਲਾ ਹੱਲ ਹੋ ਜਾਏ, ਪਰ ਜਿੰਨੇ ਲੋਕਾਂ ਦਾ ਹੁਣ ਤੱਕ ਨੁਕਸਾਨ ਹੋ ਗਿਆ ਸਿਹਤ ਦਾ, ਉਹਨਾਂ ਲੋਕਾਂ ਦੀ ਆਖਰ ਭਰਪਾਈ ਕੌਣ ਕਰੂਗਾ? ਜਿਹੜੇ ਲੋਕ ਮਰ ਰਹੇ ਨੇ, ਨਸਲਾਂ ਤਬਾਹ ਹੋ ਰਹੀਆਂ ਨੇ, ਉਹਨਾਂ ਲੋਕਾਂ ਦੀ ਆਖਰ ਭਰਪਾਈ ਕੌਣ ਕਰੂਗਾ? ਇਹ ਗੱਲ ਜ਼ਰੂਰ ਸੋਚਣ ਵਾਲੀ ਹੈ।